किस तरह देखते हो दीप सिद्धू के तगड़ा एक्सपर्ट का जो हादसा हो गया? जी बहुत दुख है, बहुत दुख जानते हैं असी। यह मुंडा बचपन तो निक्का हुंदा इत्थे पलिया सीगा, तो माता गुजर गई सी इहदी निक्के हुंदिआं दी, तो बाप ने पढ़ाए अजू 5-6 साल पहला इहदा बाप भी गुजर गया, तो हुण इह लुधियाणे सीगे रहिंदे, तो खबर सुन के बहुत दुख होया सानू। यह पिंड उहदे कारण पिंड नूं सारे नूं धक्का लग्गिआ, सारे हिंदुस्तान च सारे वार्डा च बहुत धक्का इस गल का, इहदी जांच होनी चाहीदी है भी की कारण होया। नहीं जी इत्थे तो बहुत घट आए है, कोई साल क पहला आए सी इत्थे। बहुत ही मंदभागे साडे पिंड दे लई, साडे पिंड दे लई कि सारे पंजाब दे लई, जिथे भी पंजाबी दुनिया दे विच बैठा उहने सोग मनाया, चाहे उहदा कोई किसे टाइम बंदे ने कहा होवे वी यार नहीं दीप सिद्धू दी सोच नूं लै के जां दीप सिद्धू दे किसे काम नूं लै के किसे बंदे ने कदे कुछ उहनूं माड़ा वी कहा होवे, ਤਾਂ ਅੱਜ ਉਹ ਆਪਾਂ ਦੇਖਦੇ ਹਾਂ ਵੀ ਉਹ ਬੰਦੇ ਅੱਜ ਫੇਸਬੁੱਕ 'ਤੇ ਜਾਂ ਮੀਡੀਆ 'ਤੇ ਮਾਫੀਆਂ ਮੰਗੀ ਜਾਂਦੇ ਆ, ਤਾਂ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਹੈਗਾ ਪਿਆ ਹੈ। ਬਈ ਇੱਕ ਗੱਲ ਚੱਲ ਰਹੀ ਹੈ ਕਿ ਵੀ ਐਕਸੀਡੈਂਟ ਨਹੀਂ ਇਹ ਘਟਨਾ ਕਰਾਈ ਵੀ ਹੋ ਸਕਦੀ ਹੈ, ਮੰਗ ਚੱਲ ਰਹੀ ਹੈ ਵੀ ਪੜਤਾਲ ਹੋਣੀ ਚਾਹੀਦੀ, ਕੀ ਕਹੋਗੇ? ਦੇਖੋ ਜੀ ਪੜਤਾਲ ਤਾਂ ਹੋਣੀ ਚਾਹੀਦੀ ਹੈ, ਠੀਕ ਹੈ ਨਾ, ਪੜਤਾਲ ਤਾਂ ਹੋਣੀ ਚਾਹੀਦੀ ਕਿਉਂਕਿ ਜਿਹੜੀ ਲੋਕਾਂ ਦੀ ਕਿਆਸ ਹੁੰਦਾ ਨਾ ਉਹ ਹਮੇਸ਼ਾ ਹੀ ਸੱਚ ਹੁੰਦਾ ਹੈ, ਲੋਕ ਰਾਏ ਹੁੰਦੀ ਹੈ ਨਾ ਉਹ ਹਮੇਸ਼ਾ ਹੀ ਸੱਚ ਹੁੰਦੀ ਹੈ। ਇਸ ਚੀਜ਼ ਦੀ ਪੜਤਾਲ ਹੋਵੇ ਵੀ ਵਾਕਈ ਐਕਸੀਡੈਂਟ ਹੈ ਜਾਂ ਵਾਕਈ ਟਰਾਲਾ ਅੱਗੇ ਰੋਕਿਆ ਗਿਆ ਹੈ ਜਾਂ ਰੁਕਿਆ ਜਾਂ ਜੋ ਵੀ ਹੈ, ਇਹਦਾ ਫਿਰ ਪੜਤਾਲ ਹੋਣ ਤੋਂ ਬਾਅਦ ਹੀ ਜੋ ਹੈ ਸੱਚ ਸਾਹਮਣੇ ਆਊਗਾ, ਇਹਦੇ ਬਾਰੇ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ। ਕਿਹੋ ਜਿਹਾ ਸ਼ਡਿਊਲ ਸੀ ਔਰ ਪਿੰਡ ਨਾਲ ਕਿਹੋ ਜਿਹੇ ਸੰਬੰਧ ਰਹੇ ਦੀਪ ਦੇ? ਦੇਖੋ ਜੀ ਪਿੰਡ ਦੇ ਵਿੱਚੋਂ ਜਦੋਂ ਇਹਦੇ ਦੀਪ ਸਿੱਧੂ ਛੋਟੇ ਸੀ ਉਦੋਂ ਪਿੰਡ ਦੇ ਵਿੱਚੋਂ ਚਲੇ ਗਏ ਸੀ, ਗਿੱਦੜ ਵਿਆਹ ਸ਼ਿਫਟ ਹੋ ਗਏ ਸੀ, ਅਤੇ ਉਸ ਤੋਂ ਬਾਅਦ ਫਿਰ ਜ਼ਿਆਦਾ ਨਹੀਂ ਕੋਈ ਲਗਾ ਰਿਹਾ, ਫਿਰ ਮੈਰਿਜ ਟਾਈਮ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਜਾਣਾ ਆਉਣਾ ਸ਼ੁਰੂ ਕੀਤਾ ਫਿਰ ਇੱਥੇ ਦੁਬਾਰਾ, ਕਿਉਂਕਿ ਉਸ ਤੋਂ ਪਹਿਲਾਂ ਤਾਂ ਸਟੱਡੀ ਬੰਦੇ ਦੀ ਹੁੰਦੀ ਹੈ, ਸ਼ਾਇਦ ਬਾਹਰ ਦੀ ਸਟੱਡੀ ਸੀਗੀ ਸਕੂਲਾਂ ਵਗੈਰਾ ਦੀ, ਨਾ ਹੀ ਟਾਈਮ ਲੱਗਦਾ, ਤਾਂ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਵੀ ਹੁੰਦੀਆਂ ਸੀ, ਆ ਫੋਟੋ ਵੀ ਹੈਗੀਆਂ ਫੋਨ ਦੇ ਵਿੱਚ ਸ਼ੇਅਰ ਕੀਤੀਆਂ ਰਾਤ ਦੀਆਂ, ਪਰ ਇਹੀ ਕਰ ਸਕਦੇ ਹਾਂ ਜੀ। ਬਹੁਤ ਗਮਗੀਨ ਹੈ ਰਾਤ ਦਾ ਮਨ। ਦੀਪ ਸਿੱਧੂ ਹੈ ਜੀ, ਦੀਪ ਸਿੱਧੂ ਇੱਕ ਸੋਚ ਸੀ, ਦੀਪ ਸਿੱਧੂ ਇੱਕ ਨੌਜਵਾਨਾਂ ਦੇ ਲਈ ਅਗਾਂਹ ਵਧੂ ਸੋਚ ਸੀ, ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਵਾਲਾ ਇੱਕ ਬਹੁਤ ਚੰਗਾ ਲੀਡਰ ਸੀ, ਇੱਕ ਚੰਗਾ ਅਦਾਕਾਰ ਸੀ, ਅਤੇ ਸਾਰੇ ਪੰਜਾਬ ਦਾ ਕਿਸਾਨ ਸੰਘਰਸ਼ ਦੇ ਵਿੱਚ ਯੋਗਦਾਨ ਪਾ ਕੇ ਉਹ ਪੁੱਤ ਬਣ ਚੁੱਕਿਆ ਸੀ, ਅਤੇ ਅੱਜ ਉਹ ਪੰਜਾਬ ਦਾ ਜਿਹੜਾ ਪੁੱਤ ਹੈ ਇੱਥੇ ਨਹੀਂ ਰਿਹਾ ਗਾ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ, ਇੱਕ ਚੰਗੀ ਸੋਚ ਦਾ ਜਿਹੜਾ ਦੀਪ ਹੈ ਉਹ ਰਾਤ ਦੇ ਅੰਧੇਰੇ ਦੇ ਵਿੱਚ ਬੁਝ ਗਿਆ। ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਹਾਦਸਾ ਨਹੀਂ ਇਹ ਡੈਥ ਵੀ ਹੋ ਸਕਦੀ, ਕੀ ਲੱਗਦਾ ਹੈਗਾ? ਦੀਪ ਸਿੱਧੂ ਹੈ ਜੀ ਇੱਕ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਡਰਾਈਵਿੰਗ ਕਰਕੇ, ਬੰਬੇ ਪੁਣੇ ਸ਼ਹਿਰਾਂ ਦੇ ਵਿੱਚ ਅਦਾਕਾਰ ਸੀ, ਖੁਦ ਡਰਾਈਵਿੰਗ ਕਰਦਾ ਸੀ, ਅੱਜ ਤੱਕ ਉਹਨੇ ਕੋਈ ਵੀ ਜਿਹੜਾ ਨਸ਼ਾ ਹੈ ਉਹ ਯੂਜ਼ ਨਹੀਂ ਕੀਤਾ ਸੀਗਾ, ਅਤੇ ਛੋਟੀ ਜਿਹੀ ਗਲਤੀ ਡਰਾਈਵਿੰਗ ਦੇ ਟਾਈਮ ਕਰੂਗਾ ਇਹ ਲੱਗ ਨਹੀਂ ਰਿਹਾ, ਕਦੇ ਨਾ ਕਦੇ ਇਹ ਲੱਗਦਾ ਹੈ ਕਿ ਜੋ ਇਹ ਐਕਸੀਡੈਂਟ ਹੈ ਇਹ ਹੋਇਆ ਨਹੀਂ, ਇਹ ਕਰਵਾਇਆ ਗਿਆ, ਕਿਉਂਕਿ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹਾਂ ਜਿਹੜਾ ਉਹ ਟਰਾਲੇ ਦੇ ਟਾਇਰਾਂ ਦੇ ਨਿਸ਼ਾਨ ਲਗਭਗ 30 ਫੁੱਟ ਤੱਕ ਜਿਹੜੇ ਉਹਦੇ ਨਿਸ਼ਾਨ ਆ ਟਾਇਰਾਂ ਦੇ, ਉਹ ਅੱਗੇ ਸੜਕ 'ਤੇ ਜਾਂਦੇ ਟਰਾਲੇ ਨੂੰ ਤੇਜ਼ ਬ੍ਰੇਕਾਂ ਲਾਂਗਾਂਗੀਆਂ, ਅਤੇ ਜਿਹਦੇ ਵਿੱਚੋਂ ਗੱਡੀ ਕੰਟਰੋਲ ਨਹੀਂ ਹੋ ਸਕੀ, ਉੱਥੋਂ ਲੱਗਦਾ ਕਿ ਇਹ ਪੂਰਾ ਦਾ ਪੂਰਾ ਜੋ ਵੀ ਕੰਮ ਹੈ ਇਹ ਪਲੈਨ ਹੈ, ਇਹ ਇੱਕ ਜਿਹੜੀ ਸੱਚ ਦੀ ਆਵਾਜ਼ ਹੈ ਉਹਨੂੰ ਬੰਦ ਕਰਨ ਅਤੇ ਉਹਨੂੰ ਦਬਾਉਣ ਦੇ ਲਈ, ਉਹਨੂੰ ਖਤਮ ਕਰਨ ਦੇ ਲਈ ਇਹ ਸਰਕਾਰਾਂ ਨੇ ਯਤਨ ਲਾ ਕੇ ਇਹ ਕੰਮ ਕੀਤਾ ਹੈ। ਜੇ ਉਹਨਾਂ ਨੇ ਨਹੀਂ ਕੀਤਾ ਤਾਂ ਅਸੀਂ ਮੰਗ ਕਰਦੇ ਹਾਂ ਕਿ CBI ਜਾਂਚ ਹੋਵੇ ਉਹਦੀ, ਅਤੇ ਜੋ ਵੀ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਜਾਵੇ।